ਠੀਕ ਲੱਗਿਆ। ਜਿੰਨੇ ਵੀ ਬੂਥਸ ਅਸੀਂ ਵਿਜ਼ਿਟ ਕੀਤੇ ਆ ਉਹਨਾਂ ਸਾਰਿਆਂ ਦੇ ਵਿੱਚ ਪਿੰਡ ਵਾਸੀਆਂ ਦਾ ਬਹੁਤ ਸਹਿਯੋਗ ਹੈ, ਨੰਬਰਦਾਰ ਸਾਹਿਬ ਦਾ ਬਹੁਤ ਸਹਿਯੋਗ ਹੈ, ਔਰ ਛਬੀਲਾਂ ਲੱਗੀਆਂ ਹੋਈਆਂ ਇਸ ਸਾਰੇ ਇਲੈਕਸ਼ਨ ਪ੍ਰੋਸੈਸ ਨੂੰ ਛਬੀਲਾਂ ਨੇ, ਲੋਕਾਂ ਦੇ ਸਹਿਯੋਗ ਨੇ ਬਹੁਤ ਸਰਲ ਕੀਤਾ, ਆਸਾਨ ਕੀਤਾ। ਮਿਡ ਡੇ ਮੀਲ ਵੱਲੋਂ ਕੋਈ ਖਾਣਾ ਦਾਨ ਦਾ ਪ੍ਰਬੰਧ ਹੈ? ਜੀ ਜੀ ਜੀ, ਮਿਡ ਡੇ ਮੀਲ ਵੱਲੋਂ ਸਾਡੇ ਜਿਹੜੇ ਪੋਲਿੰਗ ਆਫਿਸਰਸ ਨੇ ਉਹਨਾਂ ਦੇ ਖਾਣੇ ਦਾ ਪ੍ਰਬੰਧ ਹੈ, ਜਿਹੜਾ ਉਹਨਾਂ ਦੇ ਜਿੰਮੇ ਹੈ। ਸੁਬਹਾ ਦਾ ਨਾਸ਼ਤਾ ਉਹਨਾਂ ਨੇ ਦਿੱਤਾ, ਹੁਣ ਵੀ ਉਹ ਤਿਆਰੀ ਕਰ ਰਹੇ ਹਨ, ਬਹੁਤ ਸ਼ਾਨਦਾਰ ਖਾਣਾ ਬਣਾ ਰਹੇ ਹਨ। ਇੱਥੇ ਕੋਈ ਆਂਗਣਵਾੜੀ ਵਰਕਰਾਂ ਜਾਂ ਆਸ਼ਾ ਵਰਕਰਾਂ ਦੀ ਡਿਊਟੀ ਹੈ, ਉਹ ਕਿਵੇਂ ਲੱਗਾ ਜੀ? ਆਂਗਣਵਾੜੀ ਵਰਕਰਾਂ ਦੀ ਡਿਊਟੀ ਹੈ ਕਿ ਵੋਟ ਪਾਉਣ ਵਾਸਤੇ ਜਿਹੜੀਆਂ ਔਰਤਾਂ ਦੇ ਨਾਲ ਬੱਚੇ ਆ ਰਹੇ ਆਂਗਣਵਾੜੀ ਵਰਕਰਸ ਉਹਨਾਂ ਨੂੰ ਸੰਭਾਲ ਰਹੀਆਂ, ਔਰ ਆਸ਼ਾ ਵਰਕਰਸ ਜਿਹੜਾ ਕੋਈ ਗਰਮੀ ਬਹੁਤ ਹੈ ਚੱਕਰ ਆ ਜੇ ਕਿਸੇ ਨੂੰ ORS ਦਾ ਘੋਲ ਦੇਣਾ ਜਾਂ ਉਹਦੀ ਬੇਸਿਕ ਸੰਭਾਲ ਕਰਨੀ, ਉਹਦੇ ਵਾਸਤੇ ਆਸ਼ਾ ਵਰਕਰ ਵੀ ਇੱਥੇ ਹਾਜ਼ਰ ਨੇ, ਉਹ ਸਾਰੇ ਬੂਥ ਦੇ ਵਿੱਚ ਹੀ ਹਾਜ਼ਰ ਨੇ ਹਰ ਜਗ੍ਹਾ। ਬਾਕੀ ਪਿੰਡ ਦੇ ਨੰਬਰਦਾਰਾਂ ਦਾ ਕਿਵੇਂ ਲੱਗ ਰਿਹਾ ਜੀ ਤੁਹਾਨੂੰ ਸਹਿਯੋਗ? ਪਿੰਡ ਦੇ ਨੰਬਰਦਾਰ ਬਹੁਤ ਸਹਿਯੋਗ ਕਰ ਰਹੇ ਹੈ, ਔਰ ਨੰਬਰਦਾਰ ਤਾਂ ਸਗੋਂ ਮੈਂ ਸਮਝਦੀ ਹਾਂ ਕਿ ਰੈਵਨਿਊ ਡਿਪਾਰਟਮੈਂਟ ਦੀਆਂ ਬਾਹਾਂ ਹੁੰਦੇ ਆ, ਉਹਨਾਂ ਦੇ ਸਹਿਯੋਗ ਤੋਂ ਬਿਨਾਂ ਤਾਂ ਸੰਭਵ ਹੀ ਨਹੀਂ। ਗਰਾਊਂਡ 'ਤੇ ਬੈਠੇ ਬੰਦੇ ਸਹਿਯੋਗ ਕਰਦੇ ਆ ਤਾਂ ਹੀ ਕੋਈ ਕੰਮ ਜਿਹੜਾ ਉਸੇ ਚੱਲਦਾ। ਜਿਹਦਾ ਕੋਈ ਲੜਾਈ ਪੜਾਈ ਦਾ ਜਾਂ ਲੜਾਈ ਪੜਾਈ ਸਾਡੇ ਨਾਇਬ ਤਹਿਸੀਲਦਾਰ ਸਾਹਿਬ ਬਹੁਤ ਹੀ ਵਧੀਆ, ਕੱਲ੍ਹ ਦੇ ਬਹੁਤ ਹੀ ਪ੍ਰਬੰਧ ਇਹਨਾਂ ਨੇ, ਕੱਲ੍ਹ ਦੀ ਸਾਰੀ ਡਿਊਟੀ ਜੋ ਸਾਡੀ ਨੰਬਰਦਾਰ ਸਾਹਿਬ ਦੀ ਇਹਨਾਂ ਨੇ ਡਿਊਟੀ ਲਾਈ ਸੀ ਕੂਲਰਾਂ ਦੀ ਅਤੇ ਮੰਜਿਆਂ ਦੀ, ਬਹੁਤ ਹੀ ਵਧੀਆ ਅਫਸਰ ਨੇ ਸਾਡੀ ਤਹਿਸੀਲ ਦੇ ਸਭ ਤੋਂ ਬੈਸਟ ਅਫਸਰ ਨੇ, ਇਹਨਾਂ ਨੇ ਬਹੁਤ ਹੀ ਵਧੀਆ ਤਨਦੇਹੀ ਨਾਲ ਡਿਊਟੀ ਦਿੱਤੀ ਹੈ। ਕੱਲ੍ਹ ਵੀ ਜੋ ਇਹਨਾਂ ਨੇ ਸਾਡੀ ਡਿਊਟੀ ਲਾਈ ਸੀ ਮੰਜਿਆਂ ਦੇ ਕੂਲਰਾਂ ਦੀ ਅਤੇ ਪਾਣੀ ਦੀ, ਅਸੀਂ ਬਹੁਤ ਹੀ ਇਹਨਾਂ ਦੇ ਧੰਨਵਾਦੀ ਹਾਂ। ਬਹੁਤ ਹੀ ਨਾਈਸ ਅਫਸਰ ਨੇ ਸਾਡੇ, ਬਹੁਤ ਹੀ ਡਿਊਟੀ ਸਾਰੇ ਆਪਣੇ ਜਿਹੜੀ ਸਬ ਤਹਿਸੀਲ ਭਗਤਾ ਭਾਈ ਦੇ 18 ਪਿੰਡਾਂ ਦੇ ਵਿੱਚ ਇਹਨਾਂ ਨੇ ਦਿਨ ਰਾਤ ਇੱਕ ਕਰਕੇ, ਅਸੀਂ ਇਹਨਾਂ ਦੇ ਬਹੁਤ ਹੀ ਧੰਨਵਾਦੀ ਹਾਂ ਤਹਿ ਦਿਲੋਂ। ਰੁਝਾਨ ਕੀ, ਕੋਈ ਮਾੜੀ ਮੋਟੀ ਗੜਬੜ ਜਾਂ ਕੋਈ ਹਾਲਾਤ ਕਿਵੇਂ ਦੇ ਰਹੇ? ਬਹੁਤ ਵਧੀਆ ਜੀ, ਜਿਹੜਾ ਵੋਟਾਂ ਬੜੀਆਂ ਸ਼ਾਂਤ ਬਈ ਢੰਗ ਨਾਲ ਪੈ ਰਹੀਆਂ, ਬੇਨਤੀ ਵੀ ਆ, ਅਪੀਲ ਵੀ ਆ ਵੀ ਮੈਂ ਕਹਿੰਦਾ ਵੀ ਸ਼ਾਂਤੀ ਬਈ ਢੰਗ ਨਾਲ ਪੈਣੀਆਂ ਚਾਹੀਦੀਆਂ, ਹਰ ਇੱਕ ਨੂੰ ਵੋਟ ਪਾਉਣੀ ਚਾਹੀਦੀ ਹੈ ਕਿਉਂਕਿ ਇਹ ਲੋਕ ਸਭਾ ਦੀ ਚੋਣ ਆ, ਇਹਦੇ ਨਾਲ ਸਾਡੇ ਦੇਸ਼ ਦਾ ਭਵਿੱਖ ਚੁਣਿਆ ਜਾਣਾ, ਵਧੀਆ ਸਰਕਾਰ ਬਣੂਗੀ। ਦੂਸਰੀ ਗੱਲ ਇਹ ਆ ਆਪਣੀ ਮਰਜ਼ੀ ਨਾਲ ਵੋਟ ਪਾ ਕੇ ਆਉਣ ਅਤੇ ਲੜਾਈ ਝਗੜੇ ਤੋਂ ਦੂਰ ਰਹਿਣ, ਖਾਸ ਕਰਕੇ ਰਾਮਪੁਰਾ ਵਿਧਾਨ ਸਭਾ ਹਲਕਾ 'ਚ ਬੜਾ ਸ਼ਾਂਤਮਈ ਤਰੀਕੇ ਨਾਲ ਜਿਹੜਾ ਵੋਟਿੰਗ ਹੋ ਰਿਹਾ ਬਹੁਤ ਵਧੀਆ ਹੋ ਰਿਹਾ। ਮੈਂ ਕਾਫੀ ਪਿੰਡਾਂ 'ਚ, ਮੈਂ ਤਕਰੀਬਨ ਇਹ ਤੋਂ ਪਹਿਲਾਂ 20-25 ਪਿੰਡਾਂ 25 ਪਿੰਡਾਂ ਜਾ ਆਇਆ, ਬਹੁਤ ਵਧੀਆ ਮਾਹੌਲ ਹੈ। ਸਰਕਾਰ ਵੱਲੋਂ ਇੱਥੇ ਕੀ ਪ੍ਰਬੰਧ ਕੀਤੇ ਗਏ, ਕੋਈ ਪਾਣੀ ਦਾ ਖਾਣੇ ਦਾ? ਸਭ ਪ੍ਰਬੰਧ ਆ ਜੀ, ਟੈਂਟ ਵਗੈਰਾ ਜਿਵੇਂ ਰਾਤ ਦੇ ਪ੍ਰਬੰਧ ਸੀਗੇ, ਇੱਥੇ ਜਿਹੜੇ ਮੁਲਾਜ਼ਮੀ ਰਹਿਣ ਵਾਸਤੇ ਉਹਦੇ ਪੱਖੇ ਕੂਲਰ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਚੱਲਦਾ, ਸਾਰਾ ਚੀਜ਼ ਚੱਲ ਰਿਹਾ। ਵੋਟ ਪਰਸੈਂਟੇਜ ਲਗਭਗ 1 ਵੱਜ ਗਿਆ ਜੀ, ਕਿੰਨਾ ਪਤਾ ਕੀਤਾ ਹੋਣਾ? ਕਿੰਨੇ ਪਰਸੈਂਟ? 40-45%। 1 ਵਜੇ 40-45? ਹਾਂਜੀ ਹਾਂਜੀ, 60% ਤੱਕ ਜਾਣਗੇ ਬੋਲ।